अस्सलाम वालेकुम दोस्तों कैसे हैं दोस्तों मैं उम्मीद करता हूँ कि मेरे तमाम दोस्त खैरियत से होंगे तो दोस्तों मैं आपका दोस्त शाह गिलानी गोड फारम यूट्यूब चैनल तरफ हूँ तो दोस्तों वास्ते आज जनाब ਤੇ ਜਨਾਬ ਅੱਜ ਦੋਸਤਾਂ ਵਾਸਤੇ ਬਹੁਤ ਹੀ ਮਾਸ਼ਾਅੱਲਾ ਆਊਟ ਕਲਾਸ ਚੀਜ਼ਾਂ ਲੈ ਕੇ ਆਇਆ ਜਨਾਬ ਪੱਠਾ ਜਨਾਬ ਦੋ ਪੱਠਾ ਨੇ ਪਈਆਂ ਤੇ ਆਊਟ ਕਲਾਸ ਜਨਾਬ ਪੱਠਾ ਨੇ ਪਈਆਂ ਉਹ ਤੁਹਾਨੂੰ ਨਜ਼ਰ ਵੀ ਆ ਰਹੇ ਨੇ ਅਸੀਂ ਜਿੰਨੀ ਵੀ ਤਾਰੀਫ ਕਰੀ ਉਹਨੇ ਵੀ ਕੰਮ ਹੈ ਬਾਕੀ ਚੀਜ਼ ਤੁਹਾਡੀ ਅੱਖਾਂ ਦੇ ਸਾਹਮਣੇ ਜਨਾਬ ਮਦਰਸਾ ਮੰਡੀ ਦੇ ਵਿੱਚ ਚੋਣ ਕੇ ਜਨਾਬ ਪੱਠਾ ਲਿਆਂਦੇ ਨੇ ਜੋੜਾ ਪੱਠਾ ਦਾ ਪਿਆ ਤੇ ਸਪੈਸ਼ਲ ਜਨਾਬ ਜਾਨਵਰ ਨੇ ਪਿਆ ਦੋਸਤਾਂ ਵਾਸਤੇ ਇਹ ਸ਼ੌਂਕ ਵਾਲੀਆਂ ਚੀਜ਼ਾਂ ਦੋਸਤਾਂ ਵਾਸਤੇ ਹਾਜ਼ਰ ਕੀਤੀਆਂ ਨੇ ਜਦੋਂ ਵੀ ਜਾਨਵਰ ਲੈ ਕੇ ਮਨੇ ਸ਼ੌਂਕ ਵਾਲੇ ਲੈ ਕੇ ਮਨੇ ਦੋਸਤਾਂ ਵਾਸਤੇ ਜਨਾਬ ਮੂੰਹ ਖੀਰੀਆਂ ਪੱਠਾ ਨੇ ਉਹ ਵੀ ਤਸੱਲੀ ਨਾਲ ਤੁਹਾਨੂੰ ਚੈੱਕ ਕਰੀ ਨੇ ਆ ਔਰ ਜਨਾਬ ਦਾ ਰੇਟ ਵੀ ਦੱਸ ਰਿਹਾ ਹਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਣਾ ਤਾਂ ਉਸ ਤੋਂ ਪਹਿਲਾਂ ਗੁਜ਼ਾਰਿਸ਼ ਹੈ ਕਿ ਜੀ ਨਾ ਦੋਸਤਾਂ ਮੇਰੇ ਚੈਨਲ ਗਿਲਾਨੀ ਗੋਡ ਫਾਰਮ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਵੀ ਦਬਾਓ ਤਾਂ ਕਿ ਇਸ ਤਰ੍ਹਾਂ ਦੀ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਜਨਾਬ ਚਲਾ ਫਿਰ ਆ ਕੇ ਵੀ ਦੋਸਤਾਂ ਨੂੰ ਚੈੱਕ ਕਰਾ ਦੇ ਮਾਸ਼ਾਅੱਲਾ ਬਹੁਤ ਹੀ ਆਊਟ ਕਲਾਸ ਸੀ ਜਨਾਬ ਪੀਲੀ ਮੱਖੀ ਚੀਨੀ ਜਨਾਬ ਸਫੈਦ ਤਲ ਦੀ ਬਾਦ ਮੱਥੇ ਦੀ ਜਨਾਬ ਪਾਠੇ ਪੀਏ ਚੈੱਕ ਕਰ ਸਕਦੇ ਨੇ ਬਿਲਕੁਲ ਹੀ ਬਾਦ ਮੱਥਾ ਹੈ ਜਨਾਬ ਇਹ ਚੈੱਕ ਕਰੋ ਇਹ ਜਨਾਬ ਚਾਰਾ ਵਗੈਰਾ ਵੀ ਖਲਾ ਕੇ ਚੈੱਕ ਕਰਾ ਰਹੇ ਆ ਮਾਸ਼ਾਅੱਲਾ ਆਊਟ ਕਲਾਸ ਮਦਰਸੇ ਦੇ ਮੰਡੀ ਦੇ ਵਿੱਚ ਜਨਾਬ ਚੋਣ ਕੇ ਜਾਨਵਰ ਲੈ ਆਂਦੇ ਨੇ ਸਿਰਫ ਦੋ ਹੀ ਜਾਨਵਰ ਲੈ ਆਂਦੇ ਨੇ ਸਪੈਸ਼ਲ ਜਾਨਵਰ ਨੇ ਮਾਸ਼ਾਅੱਲਾ ਦੁੰਬ ਵੇਖੋ ਬਿਲਕੁਲ ਤੀਰ ਵਾਲੀ ਕਾਰ ਸਿੱਧੀ ਔਰ ਕਲਰ ਮਾਸ਼ਾਅੱਲਾ ਚੈੱਕ ਕਰਨਾ ਬਿਲਕੁਲ ਬਰੀਕ ਜਿਲਦ ਦੀ ਜਨਾਬ ਪਾਠੇ ਪਈ ਇਹ ਪਹਿਲੇ ਨੰਬਰ ਤੇ ਇਹਦਾ ਦੰਦ ਵੀ ਚੈੱਕ ਕਰੀ ਨੇ ਹਜੇ 7 ਤੋਂ 8 ਮਹੀਨਾ ਦੀ ਪਾਠੇ ਪਈ ਤੇ ਇਹਨੂੰ ਆਖਦੇ ਨੇ ਜਨਾਬ ਕੁਆਲਿਟੀ ਰੇਟ ਵੀ ਬਿਲਕੁਲ ਮੁਨਾਸਬ ਹੋਣਗੇ ਇਨਸ਼ਾਅੱਲਾ ਤਾਲਾ ਦੂਸਰੇ ਨੰਬਰ ਤੋਂ ਪਾਠ ਚੈੱਕ ਕਰੇ ਨੇ ਔਰ ਜਨਾਬ ਇਹਨਾਂ ਦੇ ਰੇਟ ਦੱਸਨੇ ਆ Thank you. ਲੋ ਜਨਾਬ ਇਹ ਦੂਸਰੇ ਨੰਬਰ ਤੇ ਆਗੇ ਮਾਸ਼ਾਅੱਲਾ ਇਹ ਵੀ ਸਫੈਦ ਤਲ ਦੀ ਸਫੈਦ ਮੱਖੀ ਚੀਨੀ ਬੰਦ ਮੱਥੇ ਦੇ ਵਿੱਚ ਮਾਸ਼ਾਅੱਲਾ ਆਊਟ ਕਲਾਸ ਚੀਜ਼ ਹੈ ਪੂੰਛ ਵੇ ਕੋ ਮਾਸ਼ਾਅੱਲਾ ਬਿਲਕੁਲ ਤੀਰ ਵਾਲੀ ਕਰ ਸਿੱਧੀ ਹੈ ਇਹ ਗਰਦਨ ਵੀ ਦੇਖੋ ਮਾਸ਼ਾਅੱਲਾ ਗਰਦਨ ਵੀ ਸਿੱਧੀ ਦੋਮ ਦੀ ਮਾਸ਼ਾਅੱਲਾ ਜੀ ਜਨਾਬ ਪਾਠੇ ਤੇ ਲੰਬੀ ਗਰਦਨ ਦੀ ਜਨਾਬ ਇਹ ਹੁੰਦੀਆਂ ਨੇ ਚੀਜ਼ਾਂ ਕੁਆਲਿਟੀ ਵਾਲੀਆਂ ਜਿਹੜੀਆਂ ਵੱਡੀਆਂ ਬੱਕਰੀਆਂ ਬਣਦੀਆਂ ਨੇ ਲੱਖਾਂ ਵਾਲੀਆਂ ਜਨਾਬ ਇਹ ਚੀਜ਼ਾਂ ਬਣਦੀਆਂ ਨੇ ਕੱਲ ਬੱਕਰੀ ਤੁਹਾਨੂੰ ਐਸੇ ਕਲਰ ਦੀ ਚੈੱਕ ਕਰਾਈ ਸੀ ਜਿਹਦਾ 2 ਲੱਖ ਰੁਪਏ ਡਿਮਾਂਡ ਕਰਦਾ ਸੀ ਲੇਕਿਨ ਜਨਾਬ ਇਹ ਉਹੀ ਆਪੇ ਖੁਦ ਖੁਦ ਦੱਸ ਰਹੀਏ ਤੁਹਾਨੂੰ ਮੋਟੀ ਲੱਤ ਦੀ ਜਨਾਬ ਪਾਠੇ ਬੰਦ ਲੱਤ ਬੰਦ ਮੱਥਾ ਜਨਾਬ ਬਿਹਤਰੀਨ ਨਕੌੜੇ ਫੇਸ ਦੇ ਕੋਲੋ ਹੋ ਕੇ ਤੁਹਾਨੂੰ ਨਕੌੜਾ ਵੀ ਚੈੱਕ ਕਰਾ ਦੇਣਾ ਇਹ ਜਨਾਬ ਚੈੱਕ ਕਰੋ ਇਹ ਇਹ ਜਨਾਬ ਮਾਸ਼ਾਅੱਲਾ ਨਕੌੜਾ ਫੇਸ ਚੈੱਕ ਕਰੋ ਬਿਹਤਰੀਨ ਬਿਲਕੁਲ ਛੋਟੀ ਛੋਟੀ ਸਿੰਗੀ ਦੇ ਵਿੱਚ ਬਿਹਤਰੀਨ ਚੀਜ਼ ਹੈ ਕੁਆਲਟੀ ਵਾਲੀਆਂ ਚੀਜ਼ਾਂ ਨੇ ਪਈਆਂ ਲੰਬਾਈ ਇਹ ਚੈੱਕ ਕਰੋ ਬਿਲਕੁਲ ਬਰੀਕ ਜੇਲ ਦਾਲੀ ਜਨਾਬ ਪਾਠੇ ਤੇ ਜਨਾਬ ਇਹ 9 ਤੋਂ 10 ਮਹੀਨੇ ਉਮਰੇ ਪਈ ਇਸ ਪਾਠ ਦੀ ਵੱਡੀ ਪਾਠੇ ਉਹ ਜਨਾਬ 7 ਤੋਂ 8 ਮਹੀਨੇ ਦੀ ਪਾਠੇ ਲੇਕਿਨ ਜਨਾਬ ਕੁਆਲਟੀ ਚੈੱਕ ਕਰਨੀ ਹੈ ਕੁਆਲਟੀ ਮਾਸ਼ਾਅੱਲਾ ਬਹੁਤ ਹੀ ਆਊਟ ਕਲਾਸ ਚੀਜ਼ ਹੈ ਇਹ ਚੈੱਕ ਕਰੋ ਇਹਨੂੰ ਆਖਦੇ ਨੇ ਆਊਟ ਕਲਾਸ ਚੀਜ਼ਾਂ ਬਾਕੀ ਚਾਰਾ ਵਗੈਰਾ ਵੀ ਖਲਾ ਕੇ ਚੈੱਕ ਕਰਾ ਦੇ ਨੇ ਮਾ ਦੋਸਤਾਂ ਨੂੰ ਇਹ ਚੈੱਕ ਕਰੋ ਬਹੁਤ ਹੀ ਮਾਸ਼ਾਅੱਲਾ ਆਊਟ ਕਲਾਸ ਪੱਠਾ ਨੇ ਪਈਆਂ ਇਹ ਚਾਰਾ ਵਗੈਰਾ ਖਾ ਰਹੀਆਂ ਨੇ ਤੁਹਾਡੀ ਅੱਖਾਂ ਦੇ ਸਾਹਮਣੇ ਸਾਫ ਸੁਥਰੀਆਂ ਨੋਕ ਸਾਹਿਬ ਦੀ ਸਾਡੀ ਗਾਰੰਟੀ ਹੋਸੀ ਲੋ ਜਨਾਬੇ ਦੋਵੇਂ ਮਾਸ਼ਾਅੱਲਾ ਕਾ ਦੇ ਦੀਏ ਤਕਰੀਬਨ 19 20 ਦਾ ਫਰਕ ਹੈ ਇੱਕ 9 ਤੋਂ 10 ਮਹੀਨਾ ਦੀ ਹੈ ਔਰ ਇੱਕ ਜਨਾਬ 7 ਤੋਂ 8 ਮਹੀਨਾ ਦੀ ਪਾਠ ਹੈ ਜਨਾਬ ਇੱਕ ਖੱਬੇ ਹੱਥ ਵਾਲੀ ਜਨਾਬ ਜਿਹੜਾ ਬਾਈ ਫੜ ਕੇ ਖੜਾ ਹੈ ਇਹ ਜਨਾਬ 7 ਤੋਂ 8 ਮਹੀਨਾ ਵਾਲੀ ਹੈ ਔਰ ਇਹ ਜਨਾਬ 9 ਤੋਂ 10 ਮਹੀਨਾ ਵਾਲੀ ਚੀਜ਼ਾਂ ਚੈੱਕ ਕਰਨੇ ਮਾਸ਼ਾਅੱਲਾ ਕੁਆਲਟੀ ਵਾਲੀਆਂ ਪੱਠਾਂ ਨੇ ਇਹਨੂੰ ਆਖ ਦੇ ਨੇ ਜਨਾਬ ਕੁਆਲਟੀ ਇਹ ਜਨਾਬ ਰੇਟ ਵੀ ਦੋਸਤਾਂ ਨੂੰ ਦੱਸਦੇ ਜਾਵੇ ਕੋਈ ਜ਼ਿਆਦਾ ਰੇਟ ਨਹੀਂ ਹੋਣਾ ਜਨਾਬ ਇਹ ਫਾਈਨਲ 70000 ਰੁਪਏ ਦਾ ਜੋੜਾ ਲੱਗ ਸੀ ਜਿਸ ਬਾਈ ਨੂੰ ਚਾਹੀਦੇ ਹਨ ਰਾਬਤਾ ਕਰ ਸਕਦਾ ਚੀਜ਼ਾਂ ਤੁਹਾਡੀ ਅੱਖਾਂ ਦੇ ਸਾਹਮਣੇ ਨੇ ਮਾਸ਼ਾਅੱਲਾ ਬਹੁਤ ਹੀ ਆਊਟ ਕਲਾਸ ਚੀਜ਼ਾਂ ਨੇ ਇਹ ਚੈੱਕ ਕਰੋ ਸਾਫ ਸੁਥਰੀਆਂ ਚੀਜ਼ਾਂ ਜਨਾਬ ਗਿਲਾਨੀ ਗੋਟ ਫਾਰਮ ਤੇ ਤੁਹਾਨੂੰ ਮਿਲਦੀਆਂ ਰਸਨ ਜਿਹੜਾ ਦੋਸਤ ਵੀ ਮੰਗਵਾਉਣਾ ਚਾਹੇ ਕਾਰ ਗੋਆਲ ਪਾਕਿਸਤਾਨ ਨੇ ਕਰਾ ਦਿੱਸਾ ਲੋਕੇਸ਼ਨ ਸਾਡੀ ਹਾਸਲਪੁਰ ਹੈ ਨਹਿੜ ਇਸਲਾਮ ਦੇ ਕੋਲ ਸਾਡਾ ਡੇਰਾ ਹੈ ਪਿਆ ਜਿਹੜਾ ਦੋਸਤ ਆ ਕੇ ਖਰੀਦਣਾ ਚਾਹੇ ਇੱਥੇ ਆ ਕੇ ਵੀ ਵਿਜ਼ਿਟ ਕਰਕੇ ਵੀ ਖਰੀਦ ਸਕਦਾ ਦੇਖ ਕੇ ਬਾਕੀ ਚੀਜ਼ਾਂ ਤੁਹਾਡੇ ਅੱਖਾਂ ਦੇ ਸਾਹਮਣੇ ਦੋਸਤੋ ਅੱਜ ਦੀ ਵੀਡੀਓ ਇਤਨੇ ਤੱਕ ਹੈ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰਨਾ ਹੈ اور ਚੈਨਲ ਨੂੰ ਸਬਸਕ੍ਰਾਈਬ ਕਰਨਾ ਦੋਸਤਾਂ ਨੂੰ ਸ਼ੇਅਰ ਕਰਨਾ